ਜਨਰਲ ਕੁੜੀਆਂ ਕਿੰਨੀ ਸਿੰਪਲ ਹੈ ਮੈਂ ਬਟਰ ਸਕੌਚ ਦੇ ਦੇ ਕੋਲ ਹੈ ਨਹੀਂ ਨਾ ਲੈਟ ਲੈਟ ਆਈ ਨਹੀਂ ਅਜੇ ਤੱਕ ਵੀ ਆ ਗਈ ਬਾਰੇ ਚਾਨਣੀ ਚਾਨਣੀ ਸੋਡੇ ਵੀ ਇੰਕਟ ਲੱਗਦੇ ਲੈਟ ਦੇ ਆਪਣੇ ਬਾਲਾ ਖਾ ਲੈਟ ਦਾ ਨਹੀਂ ਤੜਕੇ ਪੁੱਠੇ ਟਾਈਮ ਕੱਟ ਲੈਣਗੇ ਵੀ ਆਲਾ ਸੰਭਰੂਗਾ ਹੋਰ ਹਰ ਕੇ ਮਦ ਬਣੇ ਹੁਣ 4:15 ਕਰ ਦੇਣੇ ਹੁਣ ਜੀ ਲੈਟ ਨਹੀਂ ਹੁੰਦੀ ਖਤਮ ਹੋ ਗਿਆ ਹੋਰ ਗੱਲ ਨਹੀਂ ਬੰਦ ਕਰ ਬਸ ਨਿਆਰੇ ਹੋ ਤੁਸੀਂ ਓਏ ਖੋਲ ਲਿਓ ਨਾ ਚਲੋ ਬਸ ਆ ਮਾਸਟਰ ਹੋ ਰਾਈਸ ਕਰੀ ਬਾਈ ਜਾਂਦਾ ਕੀ ਹੋ ਗਿਆ ਖੁਰਗੀ ਖੁਰਗੀ ਤਰੇ ਟ੍ਰੇਡ ਕਰ ਨਾ ਖੁਰੀ ਨਹੀਂ ਗਿੱਲੀ ਹੋ ਗਈ ਥੱਲੇ ਚਾ ਆਏ ਕਰੋ ਫੋਨ ਨਾ ਮੇੜ ਦੋ ਕਾ ਖੁਰਗੀ ਹਾਂ ਨਹੀਂ ਸਾਨੂੰ ਬਸ ਕੁੜੀਆਂ ਖਾ ਰਹੀਆਂ ਬਸ ਜਲਦੀ ਨਹੀਂ ਦਿਵਾਣਾ ਇਹ ਜੰਮੂ ਤੋਂ ਫਰਜੇ ਤੱਕ ਜਾਂਦੀ ਨਹੀਂ ਦਿਵਾਣਾ ਦੇਖ ਲੈ ਬਸ ਫਰਜ ਤੇ ਰਹੀ ਦਿਵਾਣਾ ਹੋ ਜਾਂਦੀ ਹੁੰਦੀ ਹੈ ਫਿਰ ਬਸ ਖਾ ਖਾ ਤੇ ਜਾਂ ਰੱਤੀ ਕਰ ਨਹੀਂ ਚੜੀ ਕੱਲ ਨੂੰ ਸਵੇਰੇ ਸਮਾਂ ਆਪਣੇ ਗਿਆ ਤੋਂ ਹੋਰ ਗੁਰਮਨ ਸੁਖਰੀ ਮਾਰ ਰਹੀ ਹੈ ਦੇਖੋ ਜੀ ਜੀਜਾ ਜੀ ਨੂੰ ਆਇਆ ਵੀ ਹੁਣ ਖਾ ਲਈ ਸਰਦਾਰ ਜੀ ਕਹਿੰਦੇ ਤੜਕੇ ਖਾ ਲਓ ਕੁੜੀਆਂ ਖਾ ਰਹੀਆਂ ਹੋਰ ਜਿਹੜੇ ਬਾਕੀ ਨਾਲੇ ਇਹਨਾਂ ਨੇ ਲਿਆਂਦੀ ਚੀਜ਼ ਆਈ ਫਿਰ ਇਹਦਾ ਆਪ ਹੀ ਖਾ ਗਿਆ ਆਪਾਂ ਤਾਂ ਭੁੱਲਾ ਭੁੱਲਾ ਗਏ ਖਾ ਲਓ ਭਾਈ ਖਾ ਲਓ ਹੈਲੋ ਹਾਂਜੀ ਗੁੱਡ ਮਾਰਨਿੰਗ ਜੀ ਤੇ ਸਵੇਰ ਦਾ ਕਿੰਨਾ ਟਾਈਮ ਹੋ ਗਿਆ ਸੀ ਬਾਸ ਨਹੀਂ ਉੱਠ ਗਏ ਪੌਣੇ 8 ਹੋ ਗਏ ਨੇ ਬੱਚੇ ਚਾਹ ਪੀਂਦੇ ਨੇ ਮੈਂ ਤਾਂ ਉੱਠ ਗਈ 7:00 ਵਜੇ ਆਰਾਮ ਆ ਗਿਆ ਸੋ ਗਈ ਤੁਸੀਂ ਨੂੰ ਕੀ ਪਤਾ ਕਰ ਲਈ ਨਹੀਂ ਤਾਂ ਕੀ ਕਰੇ ਫਿਕਰ ਹੋ ਜਾਂਦੀ ਹੈ ਵੀ ਉੱਠ ਕੇ ਕਿ ਬਸ ਮੈਂ ਸੰਗ ਕਰ ਪਾਉਣੇ ਨੇ ਠੰਡਾ ਹੋਈ ਪਈ ਆ ਹੁਣ ਜੇ ਧੁੱਪ ਨਿਕਲੂਗੀ ਤਾਂ ਹੈਗੀ ਕੱਲ ਬਹੁਤ ਘੱਟ ਧੁੱਪ ਸੀ ਨਾ 2 ਦਿਨ ਹੋ ਗਏ ਹੁਣ ਤਾਂ ਪੂਰੀ ਵਜੇ ਧੁੱਪ ਪੈਂਦੀ ਆ ਪਹਿਲਾਂ ਕਰਨੀ ਠੰਡ ਵੱਧ ਗਈ ਅੱਜ ਅੱਲਾ ਹਰਪੀਤ ਨੂੰ ਪੁੱਛ ਕੇ ਦੇ ਲੈ ਠੰਡਾ ਇਹੋ ਕੰਮ ਕਰ ਦੇ ਤੂੰ ਪਹਿਲਾਂ ਬੈਠਾ ਲੋਈ ਦੀ ਬੁੱਕਲ ਮਾਰੀ ਤਾਂ ਕਿਹਦੇ ਨੇ ਕੋਈ ਕੰਮ ਨਹੀਂ ਕਰਿਆ ਵਿਚਾਰੀ ਹਰਪੀਤ ਭੈਣ ਨੇ ਸਾਰੇ ਕੰਮ ਕਰੇ ਇੱਕ ਕੱਲਾ ਦੁੱਧ ਪਾਇਆ ਆ ਡੈਡੀ ਜੀ ਆਏ ਤਾਂ ਸੀ ਰਾਤ ਫੁੱਟ ਮੈਂ ਦੇਖ ਲਈ ਜਮੀ ਮਾਰੀ ਗਈ ਜੀ ਨੇ ਰਾਤ ਨੂੰ ਪਾਇਆ ਤਾਂ ਸਾਡੇ ਅੱਜ ਵੀ ਆ ਗਈ ਰਾਤ ਨੂੰ ਆ ਲਾਲ ਜੀ ਉਹ ਆਤੀ ਬਲਾਈ ਸੋਨੇ ਨਾਲ ਚੁੰਨੀਆਂ ਤਿਆਰ ਕਰੀਆਂ ਹੋਈਆਂ ਨੇ ਸੂਟ ਸਿਲਾਈ ਕਰੇ ਹੋਏ ਨੇ ਮੇਰੇ ਬੜੀ ਸਾਰੇ ਸੂਟ ਇਹ ਤਾਂ ਹੈ ਫੋਟਮਾਂ ਚ ਮਾਰ ਕੇ ਹੀ ਨਿਕਲੀਆਂ ਹੋਈਆਂ ਨੋਏ ਨੋ ਲੱਗਦੇ ਬਲਾਈ ਸੋਨੇ ਤੇ ਕਢਾਈ ਵਾਲੀ ਇੱਕ ਕਢਾਈ ਵਾਲਾ ਸੀ ਬਈਆ ਮਸੀ ਨਾ ਜਾਨੀ ਨਾ ਉਹ ਕੋਈ ਨਹੀਂ ਪਤਾ ਅੱਜ ਬਦਲ ਨਾ ਕਰ ਤਾਂ ਕਰਨ ਲਈ ਅੱਧੇ ਦੀ ਅੱਡ ਦੀਆਂ ਵਾਹਾਂ ਹੈਂਡ ਹੈਂਡ ਵਰਕ ਦਾ ਦੱਸ ਹਾਂ ਇਹ ਨਾ ਅੱਡ ਦੀਆਂ ਕੀ ਕੱਪੜਾ ਸੀਗਾ ਕ੍ਰੇਪ ਸੀ ਕਿ ਸਿਲਕ ਉਹ ਮੈਨੂੰ ਤਾਂ ਕੋਈ ਪਤਾ ਨਹੀਂ ਸਿਲਕ ਦਾ ਕੋਈ ਸੀ ਸਿਲਕ ਦਾ ਤਾਂ ਕੋਈ ਵੀ ਨਹੀਂ ਹੈਗਾ ਇਹਨਾਂ ਸਿਲਕ ਵੀ ਤਾਂ ਜੀ ਲਿਆ ਪਿਆ ਨੂੰ ਇੱਕ ਹੋਰ ਸਿਲਕ ਚੱਲੀ ਆ ਕਿ ਤੁਸੀਂ ਵੀ ਲਓ ਨਾ ਉਹ ਵਧੀਆ ਹੈਗਾ ਉਹ ਅੱਬ ਦਾ ਵੀ ਹੈਗਾ ਨੇ ਕਿਹੜੀ ਇੱਕ ਨਵੀਂ ਸਿਲਕ ਹੈ ਉਹ ਚਾਹੇ ਤੁਸੀਂ ਦੇ ਹਾਂ ਉਹ ਸੋਹਣੀ ਹੈ ਹਾਂ ਮੇਰੇ ਵਿਆਹ ਵੀ ਹੋਣੀ ਹੈ ਉਹ ਵੀ ਤੇ ਜਿਹੜੀ ਆਹ ਦੂਜੀ ਹੈ ਉਹ ਨੇ ਮਹਾਦਰ ਨੂੰ ਕਿਹਾ ਤਕੀਰ ਤਾਂ ਇਹ ਲੱਖੀ ਦੇ ਵਿਆਹ ਨੂੰ ਬੋਲਦੇ ਹਾਲਾ ਤੇ ਉਹ ਟੂਪੀਆਂ ਨਾਲ ਜਿਹੜੀ ਆਹ ਟੂਪੀਆਂ ਨਾਲ ਸਿਲਕ ਹੈ ਕਿ ਉਹ ਨਾਲ ਮੈਨੂੰ ਵੀ ਖੁੱਲੀ ਜੀ ਰਹਿੰਦੀ ਹੈ ਨਾਲ ਉਹ ਨਾਲ ਲੱਗਦੀ ਸੀ ਉਹ ਸੋਹਣੀ ਲੱਗ ਮੈਨੂੰ ਵੀ ਉਹੀ ਵਧੀਆ ਲੱਗਦੀ ਹੈ ਥੋੜੀ ਜਿਹੀ ਨਾ ਮਹਿੰਗੀ ਤਾਂ ਹੈਗੀ ਸੋਹਣੀ ਤਾਂ ਕ੍ਰੇਪ ਨਾ ਕ੍ਰੇਪ ਥੱਲੇ ਡਿੱਗਦੀ ਆ ਹਜੋ ਤਾਂ ਕ੍ਰੇਪ ਨਾ ਵੀ ਜ਼ਿਆਦਾ ਵਧੀਆ ਸੋ ਥੱਲੇ ਪਾ ਡੇਢ ਤਾਂ ਨਹੀਂ ਪਤਾ ਦਾ ਸੂਟਾ ਦਾ ਕਿੰਨੇ ਹੀ ਹੋਣ ਲੱਗਦੇ ਲੈ ਉਹ ਵੀ ਲੈ ਲਈਏ ਉਹ ਵੀ ਮੈਂ ਜ਼ਿਆਦਾ ਸੂਟਾ ਦੇ ਰਹੀ ਨਹੀਂ ਆਂਗੀ ਹੁਣ ਮੈਨੂੰ ਉਹ ਪਤਾ ਕਿਉਂ ਇੰਟਰਸਟ ਘਟਦਾ ਰਹਿ ਗਿਆ ਸੂਟਾ ਰੋਜ਼ ਹੀ ਸੂਟਾ ਦੇ ਵਿੱਚ ਰਹਿਣ ਲੱਗ ਗਈ ਮੈਂ ਤਾਂ ਮੈਂ ਲੈ ਕੇ ਰਹਿ ਗਈ ਵਿਆਹ ਆ ਗਿਆ ਸੁਣੂ ਕੋਈ ਆ ਕੇ ਨਹੀਂ ਅੱਜ ਮਾਮੀ ਕੋਈ ਕਰੇ ਅੱਜ ਜਿੱਥੇ ਆਪਾਂ ਲੱਖੀ ਦਾ ਜਰਾ ਜੋ चूल्हे चक बचा ला मेरा हर की चूल्हे च बनाओ आलू उबल गए ਆਲੂ ਮੈਨੂੰ ਕਿਹੜਾ ਹੈ ਪਤਾ ਨਹੀਂ ਮੈਨੂੰ ਹੁਣ ਪਤਰ ਉਹ ਗਿਰ ਜੀ ਜਾਂਦਾ ਸੀ ਉਹ ਦੁੱਧ ਸੀ ਦੁੱਧ ਕਹਾਂ ਇੰਨਾ ਦੁੱਧ ਮੈਂ ਮਾਈਕ੍ਰੋਵੇਵ ਚ ਕਰ ਲਿਆ ਆ ਸਾਡੇ ਕੱਚੇ ਦੁੱਧ ਦੀ ਚਾਹ ਨਹੀਂ ਪੀਂਦੇ ਵਾਲੇ ਹੋਈ ਪੀਂਦੇ ਮਹਾਂ ਕਿ ਤੂੰ ਹੀ ਦੁੱਧ ਦੇ ਕੋਈ ਕਿੰਨਾ ਫਿਰ ਹੁਣ ਤੁਸਕ ਜਿੰਨੀ ਵਾਲਦੀ ਨਾ ਇਹ ਤਾਂ ਬੋਣਾ ਹੀ ਮੈਂ ਮਾਈਕ੍ਰੋਵੇਵ ਚ ਵਾਲੀ ਨਾ ਇਹ ਜੀ ਵਾਲ ਲਾਂ ਬਸ ਆਲੂ ਉਬਲ ਮੇਰਾ ਕੁੱਕਰ ਹੈਗਾ ਹੈ ਕੁੱਕਰ ਓਏ ਤੇ ਬਿੰਦੂ ਚ 10 ਮਿੰਟ ਬਸ ਆਲੂ